ਅਗਲੀ ਖਬਰ ਕੈਲੀਫੋਰਨੀਆ ਤੋਂ ਆ ਰਹੀ ਹੈ ਕੈਲੀਫੋਰਨੀਆ ਦੇ ਵਿੱਚ ਇੱਕ ਆਰਗੇਨਾਈਜੇਸ਼ਨ ਨੇ ਕੈਲੀਫੋਰਨੀਆ ਦਾ ਜਿਹੜਾ ਮੈਡੀਕਲ ਸਿਸਟਮ ਆ ਉਹਦੇ ਨਾਲ 20 ਮਿਲੀਅਨ ਡਾਲਰ ਦਾ ਫਰਾਡ ਕੀਤਾ ਤੇ ਹੁਣ 3-4 ਜਾਣਿਆਂ ਨੂੰ ਇਸ ਸਬੰਧ ਦੇ ਵਿੱਚ ਚਾਰਜ ਕੀਤਾ ਗਿਆ ਹੈਗਾ ਉਹਨਾਂ ਨੇ ਸਾਰੇ ਹੀ ਝੂਠੇ ਕਲੇਮ ਬਣਾਏ ਇਹ ਉਹ ਜਿਹੜੀ ਆਰਗੇਨਾਈਜੇਸ਼ਨ ਆ ਖਾਸ ਕਰਕੇ ਸਕੂਲ ਦੇ ਬੱਚਿਆਂ ਨੂੰ ਟ੍ਰੀਟਮੈਂਟ ਦੇ ਲਈ ਜਿਹੜੀ ਦਵਾਈ ਦਿੰਦੇ ਆ ਜਾਂ ਟ੍ਰੀਟਮੈਂਟ ਕਰਦੇ ਆ ਉਹ ਆਰਗੇਨਾਈਜੇਸ਼ਨ ਸੀ ਜਿਸ ਨੇ ਸਾਰੇ ਹੀ ਝੂਠੇ ਹੀ ਬੱਚਿਆਂ ਦੇ ਸਿਗਨੇਚਰ ਕੀਤੇ ਝੂਠੇ ਹੀ ਉਹਨਾਂ ਦੇ ਜਿਹੜੇ ਵਿਜ਼ਿਟਸ ਕੀਤੀਆਂ ਤੇ 20 ਮਿਲੀਅਨ ਦੇ ਕਰੀਬ ਜਿਹੜਾ ਆ ਫਰਾਡ ਕੀਤਾ ਸੋ 19 ਲੋਕ ਕਨਵਿਕਟ ਹੋਏ ਸੀ ਤਿੰਨ ਜਾਣਿਆਂ ਨੂੰ ਜਿਹੜਾ ਫੈਡਰਲ ਚਾਰजेस ਦੇ ਉੱਤੇ ਲੌਂਗਵੀਚ ਬੇਸਡ ਏਰੀਆ ਦੇ ਵਿੱਚ ਤਿੰਨ ਜਾਣੇ ਜਿਹੜੇ ਕਨਵਿਕਟਡ ਹੋਏ 19 ਜਾਣੇ ਅਰੈਸਟ ਕੀਤੇ ਗਏ ਸੀ ਇਹ ਯੂਐਸ ਡਿਪਾਰਟਮੈਂਟ ਆਫ ਜਸਟਿਸ ਵੱਲੋਂ ਦੱਸਿਆ ਗਿਆ ਹੈ ਫਰਾਜੂਲੈਂਟ ਡਾਕੂਮੈਂਟਸ ਫੋਰਜ ਸਟੂਡੈਂਟ ਸਿਗਨੇਚਰ ਸ਼ੋ ਇਹ ਕਰਦੇ ਸੀ ਕਿ ਜਿਹੜਾ ਇਹ ਮੈਡੀਕਲ ਡਰਗ ਪ੍ਰੋਗਰਾਮ ਹੈਗਾ ਰੀਹੈਬਿਲੀਟੇਸ਼ਨ ਦਾ ਉਹ ਯੂਜ਼ ਕਰ ਰਹੇ ਹੈਗੇ ਆ ਬੱਚੇ ਸੋ ਜੇ ਕਿਸੇ ਨੇ ਅੱਧੇ ਹੀ ਵਾਰੀ ਵੀ ਕਹਿੰਦੇ ਕੋਈ ਸ਼ਰਾਬ ਪੀਤੀ ਹੁੰਦੀ ਸੀ ਕਿਤੇ ਮੈਡੀਕਲ ਚੈੱਕਅਪ ਲਈ ਚਲ ਗਿਆ ਤਾਂ ਉਹ ਉਹਦਾ ਨਾਮ ਲੈ ਕੇ ਤਾਂ ਉਹਨੂੰ ਪਾ ਦਿੰਦੇ ਸੀ ਵੀ ਇਹ ਤਾਂ ਜੀ ਸ਼ਰਾਬੀ ਹੈਗਾ ਤੇ ਇੰਨੀ ਵਾਰੀ ਸਾਡੇ ਕੋ ਆਇਆ ਸੋ ਟੋਟਲ 1.8 ਮਿਲੀਅਨ ਦੇ ਫੋਨੀ ਕਲੇਮ ਉਹਨਾਂ ਨੇ ਮੈਡੀਕਲ ਸਿਸਟਮ ਨੂੰ ਸਬਮਿਟ ਕੀਤੇ 17.6 ਮਿਲੀਅਨ ਡਾਲਰ ਮੈਡੀਕਲ ਪ੍ਰੋਗਰਾਮ ਨੇ ਆਲਰੇਡੀ ਉਹਨਾਂ ਨੂੰ ਪੇ ਕਰ ਦਿੱਤਾ Atlanteck former president CEO Richard Ciampa ਇਹ 68 ਸਾਲਾਂ ਦਾ ਹੈ ਕਾਮਰਸ ਸਿਟੀ ਤੋਂ ਉਸਨੇ ਗਿਲਟੀ ਪਲੀਡ ਕਰ ਲਿਆ ਫੈਡਰਲ ਚਾਰਜਸ ਦੇ ਅਧੀਨ ਇਸ ਤੋਂ ਬਿਨਾ ਬਿਲਿੰਗ ਸੁਪਰਵਾਈਜ਼ਰ ਗ੍ਰੈਗਰੀ ਹਿਅਰਨਸ 66 ਸਾਲਾਂ ਦਾ ਕੌਮਪਟਨ ਤੋਂ ਉਸ ਨੂੰ ਵੀ ਜਿਹੜਾ ਇੱਕ ਅਕਾਊਂਟ ਦੇ ਉੱਤੇ ਹੈਲਥ케ਅਰ ਫਰਾਡ ਦੇ ਵਿੱਚ ਕਨਵਿਕਟ ਕੀਤਾ ਗਿਆ ਹੈਗਾ ਸੋ ਇਸੇ ਤਰ੍ਹਾਂ ਜਿਹੜੇ ਕਨਵਿਕਟ ਕੀਤੇ ਗਏ ਹੈਗੇ ਆ ਉਹ 10 ਸਾਲਾਂ ਦੀ ਜਿਹੜੀ ਉਹਨਾਂ ਨੂੰ ਕੈਦ ਹੋ ਸਕਦੀ ਹੈਗੀ ਆ ਜੀ ਸੋ ਬਿਲਕੁਲ ਦੇਖੋ ਹਰਜੋਤ ਸਿੰਘ ਜੀ ਕੀ ਕੁਸ਼ ਜਿਹੜਾ ਇਹ ਤਾਂਦਲੀ ਕਪਲੇਬਾਜੀ ਜਿਹੜੀ ਉਹ ਚੱਲ ਰਹੀਆਂ ਆ ਅਗਲੀ ਖਬਰ ਕੈਲੀਫੋਰਨੀਆ ਤੋਂ ਆ ਰਹੀ ਹੈ ਕੈਲੀਫੋਰਨੀਆ ਦੇ ਵਿੱਚ ਇੱਕ ਆਰਗੇਨਾਈਜੇਸ਼ਨ ਨੇ ਕੈਲੀਫੋਰਨੀਆ ਦਾ ਜਿਹੜਾ ਮੈਡੀਕਲ ਸਿਸਟਮ ਆ ਉਹਦੇ ਨਾਲ 20 ਮਿਲੀਅਨ ਡਾਲਰ ਦਾ ਫਰਾਡ ਕੀਤਾ ਤੇ ਹੁਣ 3-4 ਜਾਣਿਆਂ ਨੂੰ ਇਸ ਸਬੰਧ ਦੇ ਵਿੱਚ ਚਾਰਜ ਕੀਤਾ ਗਿਆ ਹੈਗਾ ਉਹਨਾਂ ਨੇ ਸਾਰੇ ਹੀ ਝੂਠੇ ਕਲੇਮ ਬਣਾਏ ਇਹ ਉਹ ਜਿਹੜੀ ਆਰਗੇਨਾਈਜੇਸ਼ਨ ਆ ਖਾਸ ਕਰਕੇ ਸਕੂਲ ਦੇ ਬੱਚਿਆਂ ਨੂੰ ਟ੍ਰੀਟਮੈਂਟ ਦੇ ਲਈ ਜਿਹੜੀ ਦਵਾਈ ਦਿੰਦੇ ਆ ਜਾਂ ਟ੍ਰੀਟਮੈਂਟ ਕਰਦੇ ਆ ਉਹ ਆਰਗੇਨਾਈਜੇਸ਼ਨ ਸੀ ਜਿਸ ਨੇ ਸਾਰੇ ਹੀ ਝੂਠੇ ਹੀ ਬੱਚਿਆਂ ਦੇ ਸਿਗਨੇਚਰ ਕੀਤੇ ਝੂਠੇ ਹੀ ਉਹਨਾਂ ਦੇ ਜਿਹੜੇ ਵਿਜ਼ਿਟਸ ਕੀਤੀਆਂ ਤੇ 20 ਮਿਲੀਅਨ ਦੇ ਕਰੀਬ ਜਿਹੜਾ ਆ ਫਰਾਡ ਕੀਤਾ ਸੋ 19 ਲੋਕ ਕਨਵਿਕਟ ਹੋਏ ਸੀ ਤਿੰਨ ਜਾਣਿਆਂ ਨੂੰ ਜਿਹੜਾ ਫੈਡਰਲ ਚਾਰजेस ਦੇ ਉੱਤੇ ਲੌਂਗਵੀਚ ਬੇਸਡ ਏਰੀਆ ਦੇ ਵਿੱਚ ਤਿੰਨ ਜਾਣੇ ਜਿਹੜੇ ਕਨਵਿਕਟਡ ਹੋਏ 19 ਜਾਣੇ ਅਰੈਸਟ ਕੀਤੇ ਗਏ ਸੀ ਇਹ ਯੂਐਸ ਡਿਪਾਰਟਮੈਂਟ ਆਫ ਜਸਟਿਸ ਵੱਲੋਂ ਦੱਸਿਆ ਗਿਆ ਹੈ ਫਰਾਜੂਲੈਂਟ ਡਾਕੂਮੈਂਟਸ ਫੋਰਜ ਸਟੂਡੈਂਟ ਸਿਗਨੇਚਰ ਸ਼ੋਏ ਕਰਦੇ ਸੀ ਕਿ ਜਿਹੜਾ ਇਹ ਮੈਡੀਕਲ ਡਰੱਗ ਪ੍ਰੋਗਰਾਮ ਹੈਗਾ ਰੀਹੈਬਿਲੀਟੇਸ਼ਨ ਦਾ ਉਹ ਯੂਜ਼ ਕਰ ਰਹੇ ਹੈਗੇ ਆ ਬੱਚੇ ਸੋ ਜੇ ਕਿਸੇ ਨੇ ਇੱਕ ਅੱਧੇ ਵਾਰੀ ਵੀ ਕਹਿੰਦੇ ਕੋਈ ਸ਼ਰਾਬ ਪੀਤੀ ਹੁੰਦੀ ਸੀ ਕਿਤੇ ਮੈਡੀਕਲ ਚੈੱਕਅਪ ਲਈ ਚਲ ਗਿਆ ਤਾਂ ਉਹ ਉਹਦਾ ਨਾਮ ਲੈ ਕੇ ਤਾਂ ਉਹਨੂੰ ਪਾ ਦਿੰਦੇ ਸੀ ਵੀ ਇਹ ਤਾਂ ਜੀ ਸ਼ਰਾਬੀ ਹੈਗਾ ਤੇ ਇੰਨੀ ਵਾਰੀ ਸਾਡੇ ਕੋ ਆਇਆ ਸੋ ਟੋਟਲ 1.8 ਮਿਲੀਅਨ ਦੇ ਫੋਨੀ ਕਲੇਮ ਉਹਨਾਂ ਨੇ ਮੈਡੀਕਲ ਸਿਸਟਮ ਨੂੰ ਸਬਮਿਟ ਕੀਤੇ 17.6 ਮਿਲੀਅਨ ਡਾਲਰ ਮੈਡੀਕਲ ਪ੍ਰੋਗਰਾਮ ਨੇ ਆਲਰੇਡੀ ਉਹਨਾਂ ਨੂੰ ਪੇ ਕਰ ਦਿੱਤਾ ਐਟਲੈਂਟਿਕ ਫਾਰਮਰ ਪ੍ਰੈਜ਼ੀਡੈਂਟ ਸੀਈਓ ਰਿਚਰਡ ਸਿਆੰਪਾ ਇਹ 68 ਸਾਲਾਂ ਦਾ ਕਾਮਰਸ ਸਿਟੀ ਤੋਂ ਉਸਨੇ ਗਿਲਟੀ ਪਲੀਡ ਕਰ ਲਿਆ ਫੈਡਰਲ ਚਾਰਜਸ ਦੇ ਅਧੀਨ ਇਸ ਤੋਂ ਬਿਨਾ ਬਿਲਿੰਗ ਸੁਪਰਵਾਈਜ਼ਰ ਗ੍ਰੈਗਰੀ ਹਿਅਰਨਸ 66 ਸਾਲਾਂ ਦਾ ਕੰਪਟਨ ਤੋਂ ਉਸ ਨੂੰ ਵੀ ਜਿਹੜਾ ਇੱਕ ਅਕਾਊਂਟ ਦੇ ਉੱਤੇ ਹੈਲਥ케ਅਰ ਫਰਾਡ ਦੇ ਵਿੱਚ ਕਨਵਿਕਟ ਕੀਤਾ ਗਿਆ ਹੈਗਾ ਸੋ ਇਸੇ ਤਰ੍ਹਾਂ ਜਿਹੜੇ ਕਨਵਿਕਟ ਕੀਤੇ ਗਏ ਹੈਗੇ ਆ ਉਹ 10 ਸਾਲਾਂ ਦੀ ਜਿਹੜੀ ਉਹਨਾਂ ਨੂੰ ਕੈਦ ਹੋ ਸਕਦੀ ਹੈਗੀ ਆ ਜੀ ਸੋ ਬਿਲਕੁਲ ਦੇਖੋ ਹਰਜੋਤ ਸਿੰਘ ਜੀ ਕੀ ਕੁਸ਼ ਜਿਹੜਾ ਇਹ ਧਾਂਦਲੀ ਕਪਲੇਬਾਜੀ ਜਿਹੜੀ ਉਹ ਚੱਲ ਰਹੀਆਂ ਆ